ਸਾਡੇ ਨਰਿੰਦਰ ਮੋਦੀ ਜੀ ਆਏ ਨੇ ਔਰ ਜਿਹੜੀ ਅਸੀਂ ਆਪਣੀ ਲੁਧਿਆਣੇ ਵਾਲੀ ਸੀਟ ਤਾਂ ਸਾਡੀ ਪੱਕੀ ਹੈ ਜੀ। ਕੀ ਲੱਗਦਾ ਜਲੰਧਰ ਦੇ ਵਿੱਚ ਕੀ ਹਾਲਾਤ ਨੇ, ਕੌਣ ਜਿੱਤ ਸਕਦਾ? ਇਹ ਤਾਂ ਦੋ ਪਾਰਟੀਆਂ ਦਾ ਮੁਕਾਬਲਾ, ਰਿੰਕੂ ਦਾ ਜੰਨੀ ਦਾ। ਮੋਦੀ ਸਰਕਾਰ ਤੋਂ ਬਿਨਾਂ ਕੋਈ ਸਰਕਾਰ ਹੋਣੀ ਨਹੀਂ ਚਾਹੀਦੀ, ਕਿਉਂਕਿ ਬਾਕੀ ਸਭ ਬੰਦੇ ਗਲਤ ਨੇ, ਮੋਦੀ। ਹਜ਼ਾਰ ਹਜ਼ਾਰ ਰੁਪਇਆ ਕਹਿੰਦੇ ਐਤਕੀ 26,000 ਇਕੱਠੇ ਹੀ ਹੋਣਾ। ਹਾਂਜੀ, ਲੱਗਦਾ ਵੀ ਆਊਗਾ। ਨਹੀਂ ਆਇਆ, ਐਤਕੀ ਚਾਂਸ ਹੈਗਾ ਆ ਪੂਰਾ। ਤੇ ਆਪਣਾ ਜਿਹੜਾ ਦੂਜਾ ਆ ਵੋਟ ਪਾਉਂਦੇ ਆ ਜਿਹਨੂੰ ਆਪ, ਉਹਦਾ ਘੱਟ ਆ ਤੇ ਜਿਹੜਾ ਇਹ ਮੋਦੀ ਦੇ ਤਾਂ ਚਾਂਸ ਆਈ ਨੀ ਨਾ ਬਿਲਕੁਲ, ਕਿਉਂਕਿ ਮੋਦੀ ਸਾਹਿਬ ਦਾ ਇੱਕ ਤੀ ਕੰਮ ਬਹੁਤ ਖਰਾਬ ਆ, ਜੱਟਾਂ ਨੂੰ ਬਹੁਤ ਖਰਾਬ ਕੀਤਾ ਉਹਨਾਂ ਨੇ, ਜੱਟ ਬਹੁਤ ਦੁਖੀ ਆ ਉੱਪਰ। ਅਸੀਂ ਤਾਂ ਪਿੰਡਾਂ ਵਾਲੇ ਆ, ਅਸੀਂ ਤਾਂ ਆਪਣਾ ਜਿਹੜਾ ਸਾਡਾ ਅੰਮ੍ਰਿਤਪਾਲ ਸਿੰਘ ਆ ਜਾਂ ਸਾਡਾ ਸਿਮਰਨਜੀਤ ਮਾਨ ਸਿੰਘ ਆ ਖਾਲਸੇ ਆ, ਅਸੀਂ ਤਾਂ ਉਹਨਾਂ ਵਾਲੇ। ਕੀ ਲੱਗਦਾ ਤੁਹਾਨੂੰ ਵੀ ਜੇ ਜਲੰਧਰ ਦੀ ਆਪਾਂ ਗੱਲ ਕਰੀਏ ਤੇ ਜਲੰਧਰ ਕਿਹਦਾ ਝੁਕਾਅ ਹੋ ਸਕਦਾ? ਜਲੰਧਰ ਚ ਤੇ ਕਾਂਗਰਸ ਦਾ ਹੀ ਆ ਆਪਣਾ ਜੀ, ਆਮ ਆਦਮੀ ਪਾਰਟੀ ਦਾ। ਹਾਂਜੀ, ਜ਼ਿਆਦਾ ਮੁਕਾਬਲਾ ਹੋਣਾ ਸਾਨੂੰ ਤੇ ਲੱਗਦਾ ਕਿ ਦੇਖੋ ਰਿੰਕੂ ਜੀ ਨੇ ਬਹੁਤ ਸੋਚ ਸਮਝ ਕੇ ਫੈਸਲਾ ਲਿਆ, ਜਿਹੜੀ ਪਾਰਟੀ ਜੁਆਇਨ ਕੀਤੀ ਹੈ, ਜੇ ਉਹਨਾਂ ਨੇ ਪਾਰਟੀ ਕਿਉਂ ਛੱਡੀ, ਜੇ ਕੋਈ ਕਾਰਨ ਪੁੱਛੇ ਤਾਂ ਹੀ ਹੈ ਨਾ। ਕਾਰਨ ਇਹ ਉਹਦਾ ਕਿ ਜਦ ਪਾਰਟੀ ਨੇ ਕੰਮ ਹੀ ਕੋਈ ਨਹੀਂ ਕਰਨਾ, ਇੱਕ ਸਾਲ ਦੇ ਵਿੱਚ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ, ਕੋਈ ਜਲੰਧਰ 'ਚ ਕੰਮ ਨਹੀਂ ਹੋਇਆ, ਤਾਂ ਉਹ ਪਾਰਟੀ ਜੁਆਇਨ ਕੀ ਕਰਨਾ ਸੀ? ਇਸ ਕਰਕੇ ਮੈਂ ਬੀਜੇਪੀ ਜੁਆਇਨ ਕੀਤੀ ਹੈ। ਆਉਣ ਵਾਲਾ ਟਾਈਮ ਤੇ ਜਿਹੜਾ ਚਲਾ ਗਿਆ ਮੋਦੀ ਜੀ ਦਾ ਸੀ, ਤੇ ਆਉਣ ਵਾਲਾ ਟਾਈਮ ਵੀ ਮੋਦੀ ਜੀ। ਜਲੰਧਰ 'ਚ ਕਿਹਨੂੰ ਵੋਟ ਜ਼ਿਆਦਾ ਪੈ ਸਕਦੇ ਚਾਂਸਿਸ? ਵੋਟਾਂ ਜ਼ਿਆਦਾ, ਵੋਟ ਅਜੇ ਝਾੜੂ ਤੇ ਜਾਂ ਕਾਂਗਰਸ। ਅੱਛਾ, ਦੋਨਾਂ 'ਚ? ਹਾਂਜੀ ਹਾਂਜੀ। ਬੀਜੇਪੀ ਵਾਲੇ ਕੋਈ ਖਿਆਲ? ਸਾਨੂੰ ਬੀਜੇਪੀ ਵਾਲਾ ਕੋਈ ਨਹੀਂ ਪਸੰਦ, ਕਿ ਜੋ ਅੰਮ੍ਰਿਤਪਾਲ ਸਿੰਘ ਭਾਈ ਆ ਉਹਨਾਂ ਨੂੰ ਅਸੀਂ ਵੋਟ ਪਾਵਾਂਗੇ ਜੇ ਸਾਡੇ ਇਲਾਕੇ 'ਚ ਆਉਣਗੇ ਤਾਂ, ਅਤੇ ਜਾਂ ਸਿਮਰਨਜੀਤ ਮਾਨ ਜੀ ਆਉਣ, ਜਿੱਤਣ ਹਾਰ ਤਾਂ ਬਣਿਆ ਆ, ਪਰ ਅਸੀਂ ਵੋਟ ਉਹਨਾਂ ਨੂੰ ਪਾਵਾਂਗੇ ਜਿੰਨੀ ਵੀ ਵੱਧ ਤੋਂ ਵੱਧ ਪੈ। ਉਮੀਦਵਾਰਾਂ ਦੇ ਵਿੱਚ ਬੜਾ ਫਸਵਾਂ ਮੁਕਾਬਲਾ, ਤੁਹਾਡੇ ਮੁਤਾਬਕ ਕੌਣ ਜਿੱਤ ਹੋ ਸਕਦਾ? ਚੰਨੀ ਸਾਹਿਬ ਕਹਿੰਦੇ ਵੀ ਘਰ ਘਰ ਚੱਲੀ ਗੱਲ, ਚੰਨੀ ਕਰੂਗਾ ਮਸਲੇ ਹੱਲ, ਜਿਹੜੇ ਭਦੌੜ ਚਮਕੌਰ ਦੇ ਮਸਲੇ ਨਹੀਂ ਹੱਲ ਕਰ ਪਾਏ, ਪੰਜਾਬ ਦੇ ਨਹੀਂ ਕਰ ਪਾਏ, ਲੱਗਦਾ ਜਲੰਧਰ ਦੇ ਕਰੂਗਾ? ਕੌਣ ਕਰੂਗਾ ਮਸਲਾ ਹੱਲ? Subscribe now and press the bell icon. Never miss an update.